ਤੁਹਾਨੂੰ ਬੈਠੇ ਬਿਠਾਏ ਨਾਲੋਂ 5-7 ਲੱਖ ਰੁਪਏ ਬਣ ਸਕਦੇ ਸਾਡੇ ਥਰੂ ਸਾਡੇ ਨਾਲ ਜੁੜ ਕੇ ਸਾਡੀਆਂ ਵੀਡੀਓਜ਼ ਦੇਖ ਕੇ ਸਾਡੀਆਂ ਵੀਡੀਓਜ਼ ਸ਼ੇਅਰ ਕਰਕੇ ਤੇ ਹਾਂਜੀ ਦੋਸਤੋ ਜ਼ਿੰਦਗੀਆਂ ਖੇਡਾਂ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਅੱਜ ਸਭ ਤੋਂ ਪਹਿਲਾਂ ਜਿਹੜੇ ਮੇਰੇ ਵੀਡੀਓਜ਼ ਦੇਖਣ ਵਾਲੇ ਪੁਰਾਣੇ ਸਾਰਿਆਂ ਨੂੰ ਹਨ ਬੇਨਤੀ ਹੈ ਇੱਕ ਤਾਂ ਹੁੰਦਾ ਯਾਰ ਵੀ ਮੈਂ ਤੁਸੀਂ ਮੈਨੂੰ ਬਹੁਤ ਪਿਆਰ ਦੇ ਰਹੇ ਹੋ ਟਰੈਕਟਰ ਵਾਲੀ ਵੀਡੀਓਜ਼ ਤੇ ਤੁਸੀਂ ਮੈਨੂੰ ਬਹੁਤ ਪਿਆਰ ਦੇ ਰਹੇ ਹੋ ਸੁਪਰਬਾਈਕਸ ਵਾਲੀ ਵੀਡੀਓਜ਼ ਤੇ ਤੇ ਹੁਣ ਯਾਰ ਜਿਹੜੇ ਭਰਾ ਦੇਖ ਰਹੇ ਨੇ ਹਨ ਇੱਕ ਤਾਂ ਹੁੰਦਾ ਯਾਰ ਵੀ ਤੁਸੀਂ ਫालतू ਚੀਜ਼ਾਂ ਦੇਖੀ ਜਾ ਰਹੇ ਹੋਗੇ ਉਹਨਾਂ ਦਾ ਤੁਹਾਡਾ ਟਾਈਮ ਵੇਸਟ ਹੋ ਰਿਹਾ ਹੈ ਤੁਸੀਂ ਜਿਹੜੀ ਸਾਡੀਆਂ ਵੀਡੀਓਜ਼ ਦੇ ਅੱਗੇ ਤੋਂ ਇਹ ਜਿਹੀ ਪ੍ਰਾਪਰਟੀ ਵਾਲੀਆਂ ਦੇਖੋਗੇ ਨਾ ਉਹ ਤੁਹਾਡਾ ਟਾਈਮ ਵੇਸਟ ਨਹੀਂ ਹੋਣਾ ਕਿਉਂਕਿ ਤੁਹਾਡੇ ਜੇ ਤੁਸੀਂ ਕੋਈ ਪਲਾਟ ਇਹ ਤੁਸੀਂ ਕੋਈ ਇਨਵੈਸਟਮੈਂਟ ਨਹੀਂ ਕਰ ਸਕਦੇ ਤੁਸੀਂ ਕੋਈ ਮਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਖੜੜ ਦੇ ਵਿੱਚ ਕੋਈ ਇਨਵੈਸਟਮੈਂਟ ਨਹੀਂ ਕਰ ਸਕਦੇ ਪਰ ਤੁਹਾਡੇ ਸਰਕਲ ਚ ਕੋਈ ਨਾ ਕੋਈ ਇਹੋ ਜਿਹਾ ਬੰਦਾ ਹੋਊਗਾ ਜਿਹੜਾ ਉਹ ਚੀਜ਼ ਖਰੀਦ ਸਕਦਾ ਤੇ ਤੁਹਾਨੂੰ ਬੈਠੇ ਬਿਠਾਏ ਨਾਲੋਂ 5-7 ਲੱਖ ਰੁਪਏ ਬਣ ਸਕਦੇ ਸਾਡੇ ਥਰੂ ਸਾਡੇ ਨਾਲ ਜੁੜ ਕੇ ਸਾਡੀਆਂ ਵੀਡੀਓਜ਼ ਦੇਖ ਕੇ ਸਾਡੀਆਂ ਵੀਡੀਓਜ਼ ਸ਼ੇਅਰ ਕਰਕੇ 5-7 ਲੱਖ ਰੁਪਏ ਘਰੇ ਬੈਠੇ ਤੁਹਾਨੂੰ ਕਮਿਸ਼ਨ ਬਣ ਸਕਦਾ ਹੈ ਭਰਾ ਇਸੇ ਕਰਕੇ ਸਾਡੀਆਂ ਵੀਡੀਓਜ਼ ਧਿਆਨ ਨਾਲ ਦੇਖਿਆ ਕਰੋ ਜਿਹੜੇ ਭਰਾ ਪ੍ਰਾਪਰਟੀ ਖਰੀਦ ਵੀ ਨਹੀਂ ਸਕਦੇ ਉਹ ਕੱਲਾ ਤੁਹਾਡੇ ਤੁਹਾਡੇ ਕਈ ਵਾਰ ਸਰਕਲ 'ਚ ਹੁੰਦਾ ਤੁਹਾਡੇ ਸ਼ੇਅਰ ਕਰਨ ਨਾਲ ਹੀ ਤੁਹਾਨੂੰ ਕੋਈ ਬੰਦਾ ਤੁਹਾਡੇ ਨਾਲ ਆ ਕੇ ਤੁਸੀਂ ਸਾਡੂ ਵਿਜ਼ਿਟ ਕਰਵਾਓ ਔਰ ਜਿਹੜੀਆਂ ਸਾਈਟਸ ਐਸੀ ਦਿਖਾਣੇ ਆਂਗੇ ਉਥੇ ਸਾਈਟਸ ਤੇ ਵਿਜ਼ਿਟ ਕਰਵਾਓ ਭਰਾ ਤੁਸੀਂ ਘਰੇ ਬੈਠੇ ਪੈਸੇ ਕਮਾ ਸਕਦੇ ਹੋ ਅੱਜ ਦੇ ਟਾਈਮ 'ਚ ਬਾਈ ਪੈਸੇ ਕਮਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੋਇਆ ਪਿਆ ਹੈਗਾ ਥੋੜਾ ਬਹੁਤਾ ਇਹ ਲਾ ਲਾ 5-10 15 20 50 ਹਜ਼ਾਰ ਤੱਕ ਬਈ ਘਰ ਦੇ ਗੁਜ਼ਾਰੇ ਨਹੀਂ ਚ ਪੈਸਾ ਬਹੁਤ ਜ਼ਰੂਰੀ ਹੋਇਆ ਪਿਆਗਾ ਤੇ ਪੈਸਾ ਕਿਵੇਂ ਬਣੂਗਾ ਜਾਂ ਤਾਂ ਤੁਸੀਂ ਟਰੇਡਿੰਗ ਸਿੱਖ ਲਓ ਠੀਕ ਹੈ ਜਾਂ ਜਾਂ ਤੁਸੀਂ ਉਹ ਇੱਕ ਕ੍ਰਿਪਟੋ ਕਰੰਸੀ ਦੇ ਵਿੱਚ ਹਨਾ ਇਨਵੈਸਟ ਕਰਨਾ ਸਿੱਖ ਲਓ ਜਾਂ ਫਿਰ ਤੁਸੀਂ ਕਰੋ ਪ੍ਰਾਪਰਟੀ ਦੇ ਵਿੱਚ ਤੇ ਪ੍ਰਾਪਰਟੀ ਦੇ ਵਿੱਚ ਜੇ ਤੁਸੀਂ ਇਨਵੈਸਟ ਨਹੀਂ ਕਰ ਸਕਦੇ ਤੁਸੀਂ ਕੰਮ ਕਰੋ ਪੈਸਾ 100% ਹੈ ਅੱਜ ਨਹੀਂ ਸਾਲ ਨੂੰ ਨਹੀਂ ਇੱਕ ਡੀਲ ਨੇ ਤੁਹਾਡੇ 10 ਸਾਲ ਦਾ ਖਰਚਾ ਕੱਢ ਦੇਣਾ ਭਰਾ ਤੇ ਇਸੇ ਇਸੇ ਕਰਕੇ ਅਸੀਂ ਲੱਗੇ ਹੋਏ ਹਾਂਗੇ ਤੇ ਸਰ ਤੁਹਾਨੂੰ ਮੇਰੇ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਤੇ ਸਾਥ ਉਮੀਦ ਹੈ ਵੀਡੀਓ ਸ਼ੇਅਰ ਕਰਕੇ ਕਮੈਂਟ ਕਰਕੇ ਹਰੇਕ ਵੀਡੀਓ ਤੇ ਕਮੈਂਟ ਕਰਿਆ ਕਰੋ ਭਰਾ ਕਮੈਂਟ ਕਰਕੇ ਸਾਥ ਦੇਵੋਗੇ ਤੇ ਅੱਜ ਤੁਹਾਨੂੰ ਅਸੀਂ ਲੈ ਕੇ ਆਏਗੇ ਅਸ਼ੋਕ ਜੀ ਨਾਲ ਇੱਕ ਪ੍ਰਾਪਰਟੀ ਤੇ ਲੈ ਕੇ ਆਏਗੇ ਸਾਰੀ ਜਾਣਕਾਰੀ ਦਵਾਂਗੇ ਨਾਲ ਬਣੇ ਰਹੋ ਤੇ ਅਸ਼ੋਕ ਜੀ ਦੱਸਿਓ ਮੜਾ ਜੇ ਕਿਹੜੀ ਪ੍ਰਾਪਰਟੀ ਹੈ ਪ੍ਰੋਜੈਕਟ ਹੈਗਾ ਜੀ ਰੀਅਲ ਕਾਨ ਮੁਹਾਲੀ ਦੇ ਬਿਲਕੁਲ ਹੀ ਬੜੀ ਵਧੀਆ ਲੋਕੇਸ਼ਨ ਦੇ ਉੱਤੇ ਹੈਗਾ 200 ਫੀਟ ਰੋਡ ਤੇ ਉੱਤੇ ਹੈਗਾ ਤੇ ਇਸ ਪ੍ਰੋਜੈਕਟ ਦੀ ਜੋ ਸਭ ਤੋਂ ਖਾਸ ਗੱਲ ਹੈਗੀ ਆ ਵੀ 35% 35 ਤੋਂ 40% ਕਵਰਡ ਏਰੀਆ ਹੈਗਾ ਤੇ 60% ਏਰੀਆ ਓਪਨ ਏਰੀਆ ਹੈ ਤੇ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਅਸੀਂ ਤੁਹਾਨੂੰ ਇਹਨਾਂ ਦਾ ਸਾਰਾ ਏਰੀਆ ਦਿਖਾਉਣਾ ਹੈ ਸਾਰਾ ਪ੍ਰੋਜੈਕਟ ਦਿਖਾਉਣਾ ਹੈ ਹੁਣ ਅਸੀਂ ਇਹਨਾਂ ਦੇ ਸੇਲਜ਼ ਆਫਿਸ ਚ ਸੀਗੇ ਆਫਿਸ ਚ ਬਾਈ ਸਾਰਾ ਪ੍ਰੋਜੈਕਟ ਸਮਝਣ ਤੋਂ ਬਾਅਦ ਹੁਣ ਪੂਰੀ ਤਸੱਲੀ ਕਰਨ ਤੋਂ ਬਾਅਦ ਪੂਰੀ ਜੇ ਐਨ ਲਾ ਲੋ ਵੀ ਬੰਦਿਆਂ ਨਾਲ ਜਾਣ ਪਛਾਣ ਕੱਢਣ ਤੋਂ ਬਾਅਦ ਸਾਡੇ ਸਰੂਰ ਦੇ ਏਰੀਆ ਦੇ ਬੰਦੇ ਨੇਗੇ ਜਿਨ੍ਹਾਂ ਦਾ ਇਹ ਪ੍ਰੋਜੈਕਟ ਹੈਗਾ ਤੇ ਪੂਰੀ ਜਾਣ ਪਛਾਣ ਕੱਢਣ ਤੋਂ ਬਾਅਦ ਬਾਈ ਇਹ ਪ੍ਰੋਜੈਕਟ ਅਸੀਂ ਸ਼ੁਰੂ ਕਰ ਰਹੇ ਹਾਂਗੇ ਸਾਰੀਆਂ ਰੇੜਾ ਅਪਰੂਵ ਹੈ ਸਾਰਾ ਕੁਝ ਹਨਾ ਸਾਰੇ ਪੇਪਰ ਦੇਖਣ ਤੋਂ ਬਾਅਦ ਵੀ ਇੱਕ ਨੰਬਰ ਦੇ ਵਿੱਚ ਕੰਮ ਹੈਗਾ ਉਹੀ ਚੀਜ਼ ਅਸੀਂ ਆ ਏਰੀਆ ਭਾਈ ਦੇਖੋ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹੈਗਾ ਜੀ ਆਪਣਾ 200 ਫੁੱਟ ਵਾਲਾ ਰੋਡ 메인 ਰੋਡ ਹੈਗਾ ਤੇ 메인 ਰੋਡ ਤੋਂ ਹੀ ਐਂਟਰੀ ਹੈ ਇਹ ਪਾਰਕਿੰਗ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਕਮਰਸ਼ੀਅਲ ਏਰੀਆ ਦੀ ਪਾਰਕਿੰਗ ਹੈ ਤਾ ਕਮਰਸ਼ੀਅਲ ਏਰੀਆ ਦੇ ਵਿੱਚ ਇੰਨੀ ਚੌੜੀ ਪਾਰਕਿੰਗ ਅਗਰ ਤੁਹਾਨੂੰ ਮਿਲ ਰਹੀ ਹੈ ਤਾਂ ਤੁਹਾਡਾ ਕਮਰਸ਼ੀਅਲ ਏਰੀਆ ਵੀ ਕਦੇ ਫੇਲ ਨਹੀਂ ਹੋਊਗਾ ਤੇ ਜਿਹੜੇ ਤੁਸੀਂ ਪਿੱਛੇ ਦੇਖ ਰਹੇ ਹੋ ਸਾਡੇ ਬਿਲਡਿੰਗ ਬਣ ਰਹੀ ਹੈ ਉਹ ਹੈਗੇ ਨੇ ਇੱਥੇ ਦੇ ਫਲੈਟਸ ਜਿਨ੍ਹਾਂ ਨੂੰ ਆਪਾਂ 3+1 ਬੀ ਐਚ ਕੇ ਕਹਿ ਸਕਦੇ ਹਾਂ ਤੇ 3+1 ਬੀ ਐਚ ਕੇ ਲੈਣ ਤੋਂ ਬਾਅਦ ਵੀ ਤੁਹਾਨੂੰ ਇਹ ਨਹੀਂ ਹੈ ਵੀ ਕਿਤੇ ਗੇਟ ਖੋਲ ਕੇ ਬਾਹਰ ਜਾ ਕੇ ਕੋਈ ਚੀਜ਼ ਲੈਣੀ ਪਏਗੀ ਕਿਉਂਕਿ ਕਮਰਸ਼ੀਅਲ ਏਰੀਆ ਵੀ ਤੁਹਾਡੇ ਘਰ ਦੇ ਨਾਲ ਹੀ ਹੈ ਤਾਂ ਇੱਥੇ ਜਿਵੇਂ ਸਟਾਰਬਕਸ ਹੋ ਗਿਆ ਸੀਸੀਡੀ ਹੋ ਗਿਆ ਕੁਝ ਵੀ ਹੋ ਗਿਆ ਕੋਈ ਤੁਸੀਂ ਮੀਟਿੰਗ ਵਗੈਰਾ ਕਰਨੀ ਹੈ ਤਾਂ ਕਮਰਸ਼ੀਅਲ ਏਰੀਆ ਦੇ ਵਿੱਚ ਜਿੰਨੇ ਵੀ ਬ੍ਰਾਂਡਸ ਆਉਣਗੇ ਤੇ ਤੁਸੀਂ ਉਹਨਾਂ ਨੂੰ ਪ੍ਰੋਪਰਲੀ ਯੂਜ਼ ਕਰ ਸਕਦੇ ਹੋ ਤੁਹਾਡੇ ਵਾਸਤੇ ਬਣ ਰਿਹਾ ਬੇਸਿਕਲੀ ਤੇ ਬਾਹਰੋਂ ਵੀ ਜਨਤਾ ਆਉਂਦੀ ਹੈ ਤੇ ਐਪਰੀਸ਼ੀਏਸ਼ਨ ਵੀ ਉਸ ਤਰੀਕੇ ਨਾਲ ਹੀ ਹੈਗੀ ਹੈ ਤਾਂ ਇਹ ਕਮਰਸ਼ੀਅਲ ਏਰੀਆ ਤੁਸੀਂ ਦੇਖ ਰਹੇ ਹੋ ਕਮਰਸ਼ੀਅਲ ਏਰੀਆ ਦੀ ਪਾਰਕਿੰਗ ਆਪਾਂ ਤੁਹਾਨੂੰ ਦਿਖਾਤੀ ਬੈਕ ਸਾਈਡ ਦੇ ਉੱਤੇ ਜਿਹੜੀ ਚੀਜ਼ ਬਣ ਰਹੀ ਹੈ ਉਹ ਆਪਣੇ ਫਲੈਟਸ ਨੇ ਤੇ ਕੰਸਟਰਕਸ਼ਨ ਦੀ ਸਟੇਜ ਤੁਹਾਡੇ ਸਾਹਮਣੇ ਹੈ ਹੌਲੀ ਹੌਲੀ ਹੁਣ ਜਿਵੇਂ ਜਿਵੇਂ ਟਾਈਮ ਨਿਕਲਦਾ ਜਾਏਗਾ ਕੰਸਟਰਕਸ਼ਨ ਦੇ ਨਾਲ ਇਹ ਹਾਈ ਰਾਈਜ਼ ਬਿਲਡਿੰਗਾਂ ਹੋਣਗੀਆਂ ਸਟਾਰਟਿੰਗ ਦੇ ਵਿੱਚ S+4 ਜਿਹਨੂੰ ਆਪਾਂ ਕਹਿੰਦੇ ਆ ਸਟਿਲਟ +4 ਯਾ ਸਟਿਲਟ ਦਾ ਮਤਲਬ ਆਪਾਂ ਤੁਹਾਨੂੰ ਦੇਸੀ ਭਾਸ਼ਾ ਦੱਸੀਏ ਤਾਂ ਗਰਾਊਂਡ ਫਲੋਰ ਤੇ ਯਾਨੀ ਕਿ ਪਾਰਕਿੰਗ ਹੀ ਪਾਰਕਿੰਗ ਹੈ ਤੇ ਉਤੋਂ ਉੱਤੇ ਜਿਹੜੇ ਹੈਗੇ ਨੇ 4 ਫਲੋਰ ਕਵਰਡ ਏਰੀਆ ਰਹੇਗਾ ਫਲੈਟ ਰਹਿਣਗੇ ਤੇ ਬਾਕੀ ਜਿਹੜੇ ਪਿੱਛੇ ਜਾਣਗੇ ਉਹ S+13 ਹੈ ਸਰ ਯਾ 14 ਹੈਗਾ ਕਿੰਨਾ ਸੀਗਾ S+14 S+14 ਦੇ ਫਲੈਟ ਜਿਹੜੇ ਪਿੱਛੇ ਵਾਲੇ ਹਾਈ ਰਾਈਜ਼ ਟਾਵਰ ਨੇ ਉਹਨਾਂ ਦੇ ਵਿੱਚ ਜਾਨਕੀ 14 ਮੰਜ਼ਿਲਾਂ ਤੁਹਾਡੇ ਕੋਲ ਰਹਿਣ ਦੇ ਲਈ ਨੇ ਤੇ ਜਿਹੜਾ ਗਰਾਊਂਡ ਫਲੋਰ ਹੈ ਉਹ ਫੇਰ ਵੀ ਉੱਥੇ ਵੀ ਪਾਰਕਿੰਗ ਹੀ ਹੈ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਏਰੀਆ ਫਰੰਟ ਦਿਖਾ ਦਿੰਨੇ ਵੀ ਇਹ ਇਸ ਦੋ ਕਿਲਿਆਂ ਦਾ ਲਗਭਗ ਦੋ ਕਿਲਿਆਂ ਦਾ ਫਰੰਟ ਹੈ ਫਰੰਟ ਹੈਗਾ ਆਹ ਲਾਂਡਰ ਵਾਲਾ ਚੌਂਕ ਹੈ ਭਾਜੀ ਮਾੜਾ ਜਿਹਾ ਏਰੀਆ ਦਿਖਾਇਓ ਇਹਨਾਂ ਨੂੰ ਸਾਰਾ ਜਿਹੜਾ ਜਿਹੜਾ ਰੋਡ ਹੈ ਮੇਨ ਹਾਈਵੇ ਹੈਗਾ ਬਿਲਕੁਲ ਸਾਹਮਣੇ ਪ੍ਰੋਜੈਕਟ ਦੇ ਠੀਕ ਹੈ ਮੇਨ ਜਿਹੜੀਆਂ ਲਾਂਡਰ ਵਾਲੀਆਂ ਲਾਈਟਾਂ ਨੇ ਨਾ ਮਹਾਲੀ ਨੂੰ ਜਾਂਦਾ ਇੱਕ ਪਾਸੇ ਖਰੜ ਨੂੰ ਜਾਂਦਾ ਇੱਕ ਪਾਸੇ ਬਨੂੜ ਨੂੰ ਜਾਂਦਾ ਰਸਤਾ ਤੇ ਆਹ ਲਾਂਡਰਾ ਰੋਡ ਆ ਜਿਹੜਾ ਸਾਹਮਣੇ ਚੁੰਨੀ ਰੋਡ ਕਹਿੰਦੇ ਆ ਆਪਾਂ ਬਿਲਕੁਲ ਲਾਈਟਾਂ ਦੇ ਕੋਲ ਚੰਡੀਗੜ੍ਹ ਗਰੁੱਪ ਆਫ ਕਾਲਜ ਆ ਸਾਹਮਣੇ ਠੀਕ ਆ ਕਾਲਜ ਦੇ ਕੋਲ ਇਹ ਬਿਲਡਿੰਗ ਆ ਭਾਈ ਜਮਾ ਦੋ ਦੋ ਕਿਲਿਆਂ ਦਾ ਫਰੰਟ ਦੇ ਹਿਸਾਬ ਨਾਲ ਇਹ ਬਿਲਡਿੰਗ ਹੋ ਰਹੀ ਹੈਗੀ ਬਾਕੀ ਆ ਸਰ ਸਮਝਾਉਣਗੇ ਸਾਰਾ ਏਰੀਆ ਬਾਰੇ ਸਰ ਜਾਣਕਾਰੀ ਦਿਓ ਤੁਸੀਂ ਆਪਣੇ ਏਰੀਆ ਬਾਰੇ ਇਸ ਟਾਈਮ ਅਸ਼ੋਕ ਜੀ ਹਮ ਇਹ ਲਾਂਡਰਾ ਲਾਈਟ ਪੁਆਇੰਟ ਆ ہمارا ਸਾਹਮਣੇ ਇਹ ਆਪ ਦੇਖ ਰਹੇ ਹੋਗੇ ਸੀਜੀਸੀ ਕਾਲਜ है। जो हमारा लांड्रा का हाँ जी और ये जो रोड है हमारी 200 सौ फीट रोड है जो चलेगी चुन्नी और फतेहगढ़ साहब को ठीक है उसके साथ ही हमारी एंट्रेंस है देखो सर ग्रैंड एंट्रेंस है जिसमें हमारी 80 फीट की वाइड रोड जो वो सामने आप हमारे बोर्ड देख रहे होंगे लास्ट ठीक है वहाँ से 80 फिट की एंट्रेंस है जी जी और ये हमारा सामने जो एरिया है ये पार्किंग एरिया है शोरूम्स का ठीक है इसमें हमारा ये यू शेप के सारा कमर्शियल शोरूम की साइट है उसके पीछे फिर फुट पार्क आ रहा है और पार्क के बैक साइड फिर से हमारा बड़े बने हुए ने फ्लैट ये हैं सर ठीक है और इसके साथ में हमारा एक सेकंड एंट्रेंस ये है जो 40 है, जो 40 फीट वाइड रोड है सामने भी हमारे फ्लैट्स हैं सर ये थ्री बी एच के ओके। हाँ जी। तो इस साइड के अंदर जैसे कि मैं बता रहा था आपको हाँ जी, की सिक्सटी परसेंट तक हमारा जो है वो ग्रीनरी एरिया जिसमें हम फुटबॉल कोर्ट बैडमिंटन कोर्ट अपना क्रिकेट प्रैक्टिस पिच जॉगिंग ट्रैक्स स्विमिंग पूल्स और ये सब दे रहे हैं तो बहुत अच्छी लोकेशन है सर मोहाली के अंदर है ये और बिल्कुल हाईवे के एड है और रहने लायक है एरिया तो मैं तो यही कहूँगा कि आपके माध्यम से कि आपके व्यूर्स को कि एक बार आएँ और विज़िट ज़रूर करें हमारे इस प्रोजेक्ट पर तो उसके बाद आपको ज़्यादा क्लैरिटी होगी सर धन्यवाद जी ਤੇ ਹਾਂਜੀ ਪ੍ਰਾਪਰਟੀ ਤੁਹਾਨੂੰ ਮੈਂ ਦਿਖਾਈ ਹੈਗੀ ਸਾਰੇ ਕਿਤੇ ਇੱਕ ਵਾਰ ਮੋਟੀ ਮੋਟੀ ਨਿਗਾ ਮਰਵਾ ਲਈ ਤੇ ਉਸ ਤੋਂ ਬਾਅਦ ਹੁਣ ਆਪਾਂ ਇੱਕ ਵਾਰ ਇਸ ਪ੍ਰੋਜੈਕਟ ਦੇ ਜਿਹੜੇ ਮੈਨੇਜਰ ਨੇ ਉਹਨਾਂ ਨਾਲ ਗੱਲ ਕਰਦੇ ਆਂਗੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਵੀ ਕਿ ਇਹ ਏਰੀਆ ਕਿਹੜਾ ਹੈ ਜਗ੍ਹਾ ਕਿੱਥੇ ਹੈ ਪ੍ਰਾਪਰਟੀ ਬਹੈਗੀ ਕਿੱਥੇ ਹੈ ਤੇ ਕੀ 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 ਇਹਦਾ ਨਾਮ ਹੈ ਤੇ ਕਿੰਨੇ ਪ੍ਰੋਜੈਕਟ ਹੈ ਸਾਰਾ ਕੁਝ ਇਹ ਡਿਟੇਲ ਚ ਚਾਰ ਛੋਟੇ ਘੱਟ ਸ਼ਬਦਾਂ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਦੇ ਆਂ ਬਾਈ ਜੀ ਕੀ ਹਾਲ ਹੈ ਤੁਹਾਡਾ ਨਮਸਕਾਰ ਸਰ ਕੀ ਹਾਲ ਚੰਗਾ ਜੀ ਵਧੀਆ ਜੀ ਕੀ ਨਾਮ ਹੈ ਤੁਹਾਡਾ ਰਵਿੰਦਰ ਕੌਸ਼ਲ ਸਰ ਸਰ ਘੱਟ ਸ਼ਬਦਾਂ ਦੇ ਵਿੱਚ ਆਪਾਂ ਪਹਿਲਾਂ ਤਾਂ ਆਪਣੀ ਇਹਦਾ ਪ੍ਰਾਪਰਟੀ ਦਾ ਨਾਮ ਦੱਸੀਏ ਆਪਣੇ ਪ੍ਰੋਜੈਕਟ ਦਾ ਨਾਮ ਦੱਸੀਏ ਤੇ ਉਸ ਤੋਂ ਬਾਅਦ ਆਪਾਂ ਦੱਸੀਏ ਵੀ ਇਹ ਏਰੀਆ ਕਿਹੜਾ ਹੈਗਾ ਤੇ ਕਿੱਥੇ ਹੈ ਸਰ ਇਹ ਪ੍ਰਾਪਰਟੀ ਦਾ ਨਾ ਆਪਣਾ ਪ੍ਰੋਜੈਕਟ ਦਾ ਨਾਮ ਹੈਗਾ ਰੀਅਲ ਕੋਨ ਜੀ ਠੀਕ ਹੈ ਸਰ ਤੁਸੀਂ ਲਾਂਡਰਾ ਸੀਜੀਸੀ ਕਾਲਜ ਦੇਖਿਆ ਹੋਣਾ ਜੀ ਜੀ ਮੋਹੱਲੀ ਹਾਂਜੀ ਹਾਂਜੀ ਤੇ ਬਸ ਸੀਜੀਸੀ ਲਾਂਡਰਾ ਤੋਂ ਆਪਾਂ ਅਗਰ ਚੁੰਨੀ ਦੀ ਤਰਫ ਜਾਈਏ ਸਰ ਹਾਂਜੀ ਹਾਂਜੀ ਤੇ ਬਸ ਹਾਈਵੇ ਤੇ ਹੀ ਇਹ ਪ੍ਰਾਪਰਟੀ ਹੈ ਸਰ ਜੀ ਇਹ ਮੈਂ ਸਿੱਧਾ ਦੱਸਦਾ ਬਾਈ ਜਿਹੜੇ ਲਾਂਡਰਾ ਵਾਲਾ ਚੌਕ ਹੈ ਨਾ ਲਾਈਟਾਂ ਨੇਗੀਆਂ ਜਿੱਥੇ ਕਾਲਜ ਟੱਪ ਕੇ ਚੰਡੀਗੜ੍ਹ ਕਾਲਜ ਟੱਪ ਕੇ ਲਾਈਟਾਂ ਦੇ ਚੌਕ ਦੇ ਆ ਲਾਲ ਵੀ ਬਿਲਕੁਲ ਹੀ ਸਾਹਮਣੇ ਇਹ ਪ੍ਰਾਪਰਟੀ ਹੈਗੀ 25 ਏਕੜ ਦੇ ਵਿੱਚ ਇਹ ਪ੍ਰੋਜੈਕਟ ਹੈਗਾ ਤੇ ਇਹਦੇ ਬਾਰੇ ਦੱਸਿਓ ਜੀ ਅੱਗੇ ਪ੍ਰੋਜੈਕਟ 'ਚ ਹੈ ਕੀ ਕੀ ਹੈ ਸਰੇ 25 ਏਕੜ ਚ ਆਪਣਾ ਪ੍ਰੋਜੈਕਟ ਹੈਗਾ ਜੀ ਜਿਹਦੇ ਵਿੱਚ ਆਪਾਂ 60% ਤੇ ਤੁਹਾਨੂੰ ਗ੍ਰੀਨ ਏਰੀਆ ਦੇ ਰਹੇ ਆਂ ਤੇ 40% ਚ ਸਿਰਫ ਸੜੀ ਕੰਸਟਰਕਸ਼ਨ ਹੈ ਜੀ ਕੋਈ ਪ੍ਰੋਜੈਕਟ ਇਹੋ ਜਿਹਾ ਵੀ ਬਹੁਤ ਘੱਟ ਪ੍ਰੋਜੈਕਟ ਮਿਲਣਗੇ ਜਿਹਦੇ ਵਿੱਚ ਤੁਸੀਂ ਐ ਲੈ ਲਓ ਵੀ ਜੇ 1 ਕੀ ਲਗਾ ਤਾਂ 600 ਗਾਜ ਦੇ ਵਿੱਚ ਘਾ ਲਾ ਰੱਖਿਆਗਾ ਇੱਕ ਤਰ੍ਹਾਂ ਨਾਲ ਸਾਰਾ ਪ੍ਰੋਜੈਕਟ ਦੇਸੀ ਭਾਇਆ ਜੋ ਬੋਲੀਏ ਤੇ ਸਿਰਫ 400 ਗਾਜ ਨੂੰ ਹੀ ਛੱਤਿਆਗਾ ਫਲੈਟ ਬਣਾਏ ਨੇ ਬਾਕੀ ਸਾਰਾ ਗ੍ਰੀਨ ਏਰੀਆ ਹੈਗਾ ਤੇ 25 ਏਕੜ ਦਾ ਲਾ ਲਓ ਸਾਹਿਬ ਕਿੰਨੇ ਪਰਸੈਂਟ ਹੋ ਗਿਆ ਬਿਲਕੁਲ ਬਿਲਕੁਲ ਸਰ ਇਸ ਵਿੱਚ ہمارے 3 BHK ਕੇ ਫਲੈਟਸ ਹੈ ਸਰ ਸਟਿਲ ਪਲਸ 4K ਜੀ ਠੀਕ ਹੈ 2 220 ਸਕਰ ਯਾਰਡ ਦਾ ہمارا 플ੌਟ ਸਾਈਜ਼ ਹੈ ਜੀ ਜਿਸ ਵਿੱਚ ہم ਫਲੈਟਸ ਦੇ ਰਹੇ ਹਾਂ ਇਹਦਾ ਰੇਟ ਰੂਟ ਕੀ ਕੱਟਿਆ ਤੁਸੀਂ ਰੇਟ ਸਰ ਇਸ ਵਿੱਚ ਨਾ 87 90 ਦਾ ਵੀ ہمارا ਪ੍ਰਾਈਜ਼ਿੰਗ ਜੋ ਚੱਲ ਰਹੀ ਹੈ ਜੀ ਜੀ ਤੇ ਮੀਨ ਜਿਵੇਂ ਕਿਸੇ ਨੇ ਫਲੈਟ ਲੈਣਾ ਹੈ ਹਾਂਜੀ ਠੀਕ ਹੈ ਉਹਦੇ ਬਾਰੇ ਡਿਟੇਲ ਜੀ ਦੱਸਿਓ ਵੀ ਕਿਵੇਂ ਆਪਾਂ ਪੇਮੈਂਟ ਦੇ ਸਕਦੇ ਹਾਂ ਕਿਵੇਂ ਆਪਣਾ ਪ੍ਰੋਜੈਕਟ ਹੈ ਸਰ ਪੇਮੈਂਟ ਸਰ ਦੇਖੋ ਕੰਸਟਰਕਸ਼ਨ ਲਿੰਕ ਪਲਾਨ ਹੋਗਾ ਜੀ ਤਾਂ ਅਭੀ ਜਿਵੇਂ ਹਮਾਰਾ ਨਾ ਸਲੈਬ ਥਰਡ ਦਾ ਕੰਮ ਹੋ ਚੁੱਕਾ ਹੈ ਜੀ ਤਾਂ ਆਲਮੋਸਟ ਆਪਕੋ 42 50% ਤੱਕ ਪੇਮੈਂਟ ਕਰਨੀ ਪਵੇਗੀ ਬਾਕੀ ਟਿਲ ਪੋਜਿਸ਼ਨ ਮੈਂ ਇਹਨਾਂ ਦਾ ਕਹਿਣ ਦਾ ਮਤਲਬ ਇਹੀ ਹੈ ਜਿੰਨਾ ਜਿੰਨਾ ਮੈਂ ਸਮਝਿਆਗਾ ਵੀ ਜਦੋਂ ਇਹ ਵੈਸੇ ਤਾਂ 8 8 ਕਿਸ਼ਤਾਂ ਦੇ ਵਿੱਚ ਤੁਸੀਂ ਪੇਮੈਂਟ ਦੇ ਸਕਦੇ ਸੀ ਜੀ 8 ਜਾਂ 9 ਕਿਸ਼ਤਾਂ ਚ ਪਰ ਹੁਣ ਜਿੰਨੇ ਪਰਸੈਂਟ ਕੰਮ ਹੋ ਗਿਆ ਜਿਵੇਂ ਹੁਣ 40% ਕੰਮ ਹੋ ਗਿਆ ਜਾਂ 30% ਪੇਮੈਂਟ ਆਪਾਂ ਨੂੰ ਫੋਨ ਕਰਨੀ ਪੂ ਬਾਕੀ ਜਿਵੇਂ ਜਿਵੇਂ ਇਹਨਾਂ ਦੇ ਕੰਮ ਹੋਈ ਜਾਣਗੇ ਫਲੈਟ ਕੰਪਲੀਟ ਹੋਈ ਜਾਣਗੇ ਚੀਜ਼ਾਂ ਕੰਪਲੀਟ ਹੋਈ ਜਾਣਗੇ ਉਸ ਹਿਸਾਬ ਨਾਲ ਇਹਦੀ ਪੇਮੈਂਟ ਅੱਗੇ ਦੇ ਸਕਦੇ ਆਗੇ ਤੇ ਇਹਦੇ ਬਾਰੇ ਇਹ ਕਦੋਂ ਤੱਕ ਉਹਦੇ ਤੁਸੀਂ ਆਪਣਾ ਕੰਪਲੀਟ ਹੋ ਸਕਦੇ ਨੇ ਚੀਜ਼ਾਂ ਸੌਰੀ ਸਰ ਇਹ ਹੋ ਜਾਏਗਾ 2 ਕਿ ਸਾਲ ਚੱਕ ਆਪਣਾ ਪ੍ਰੋਜੈਕਟ ਕੰਪਲੀਟ ਹੋ ਜਾਏਗਾ ਹਾਂ ਜੀ ਤੇ ਬਾਈ ਅ ਅਸ਼ੋਕ ਜੀ ਨਾਲ ਆਪਾਂ ਬਾਅਦ ਚ ਗੱਲ ਕਰਦੇ ਪਹਿਲਾਂ ਮੈਂ ਜਿੰਨੀ ਚੀਜ਼ਾਂ ਮੈਨੂੰ ਸਮਝਾ ਮੈਂ ਭੁੱਲ ਜੂ ਬਾਈ ਫਿਰ ਠੀਕ ਹੈ ਜਿੰਨੀਆਂ ਚੀਜ਼ਾਂ ਮੈਨੂੰ ਪਤਾ ਨੇ ਮੈਂ ਉਹ ਤੁਹਾਨੂੰ ਦੱਸਦਾ ਵੀ ਇੱਕ ਤਾਂ ਇਹ ਜਦੋਂ ਜਿਵੇਂ ਅੱਜ ਦਾ ਰੇਟ ਇਹਦਾ ਜੋ ਵੀ 87 ਬੁੱ 90 ਲੱਖ ਰੁਪਏ ਦਾ ਇਹ ਫਲੈਟ ਹੈਗਾ ਤੇ 90 ਲੱਖ ਦੇ ਵਿੱਚੋਂ ਜੇ ਅੱਜ ਰੇਟ ਲੈ ਲਓ ਵੀ ਇਹਦਾ 25 30% ਆਪਾਂ ਦੇਤਾ ਉਸ ਤੋਂ ਬਾਅਦ ਸਾਲ ਬਾਅਦ 6 ਮਹੀਨੇ ਬਾਅਦ ਆਪਣੇ ਅਗਲੀ ਕਿਸ਼ਤ ਦੇਣੀ ਹੈ ਠੀਕ ਹੈ ਤਾਂ ਉਹ ਜਦੋਂ ਵੀ ਦੇਣੀ ਹੈ ਸਰ ਹਨਾ ਤੇ ਉਸ ਤੋਂ ਬਾਅਦ ਕੱਲ ਨੂੰ ਸਾਲ ਬਾਅਦ ਇਹਦਾ ਰੇਟ ਹੋ ਗਿਆ 1.5 ਕਰੋੜ ਤੁਸੀਂ ਤਾਂ 25% ਹੀ ਦਿੱਤਾ ਹੈਗਾ ਸਿੱਧਾ ਹਿਸਾਬ ਜੇ ਆਪਾਂ ਆਪਣਾ ਇਨਵੈਸਟਮੈਂਟ ਲਈ ਵੀ ਲੈਣਾ ਹੈਗਾ ਤਾਂ ਕੱਲ ਨੂੰ 1.5 ਕਰੋੜ ਹੋ ਗਿਆ ਤੁਸੀਂ ਤਾਂ 25% ਦੇ ਕੇ ਤੁਸੀਂ ਜਿਹੜਾ ਤੁਹਾਡਾ 90 ਲੱਖ ਦਾ ਸੀ ਉਹ ਤੁਹਾਡਾ 1.5 ਕਰੋੜ ਦਾ ਹੋ ਗਿਆ ਅਸ਼ੋਕ ਜੀ ਐਂ ਹੀ ਹੋ ਸਕਦਾ ਨਾ ਇਹ ਇਹ ਚੀਜ਼ ਅੱਜ ਤੂੰ ਜੇ ਲਗਭਗ ਆਪਾਂ ਸੋਚੀਏ ਵੀ ਅੱਜ ਤੋਂ ਸਾਲ ਪਹਿਲਾਂ ਪ੍ਰਾਪਰਟੀ ਦਾ ਰੇਟ ਉਰੇ ਕੀ ਸੀਗਾ ਤੇ ਅੱਜ ਕੀ ਹੈ ਤੇ ਆਉਣ ਵਾਲੇ 2 ਸਾਲ ਚ ਬਾਈ ਬਹੁਤ ਹੋ ਜਾਣਾਗਾ ਕਿਉਂਕਿ ਜਿਹੜਾ 에어ਪੋਰਟ ਰੋਡ ਤੋਂ ਪਰ੍ਹਾਂ ਨੂੰ ਦੇਖੀ ਨਾ ਜੇ ਆਪਾਂ ਚੰਡੀਗੜ੍ਹ ਵਾਲੇ ਪਾਸੇ ਨੂੰ 69 ਹੋ ਗਿਆ 70 ਸੈਕਟਰ ਹੋ ਗਿਆ 5-5 ਕਰੋੜ ਦਾ 500 ਗਜ ਦਾ ਪਲਾਟ ਹੈ ਇਸ ਟਾਈਮ ਉਥੇ ਤੇ ਉਰੇ ਆਪਾਂ ਨੂੰ ਇਹ ਲੈ ਲਓ ਵੀ 90 ਲੱਖ ਚ ਫਲੈਟ ਘਰੇ ਨੇਗੇ ਠੀਕ ਹੈ ਤੇ ਕੰਪਲੀਟ ਉਰੇ ਆਪਾਂ ਨੂੰ ਇਹ ਚੀਜ਼ ਮਿਲ ਰਹੀ ਹੈ ਬਾਕੀ 25 ਏਕੜ ਤੇ ਇਹ ਜੇ ਏਰੀਆ ਚ ਫਲੈਟ ਮਿਲ ਰਿਹਾ ਜਿੱਥੇ 60% ਏਰੀਆ ਦੇ ਵਿੱਚ ਸਿਰਫ ਇਹਨਾਂ ਨੇ ਗਰਾਊਂਡ ਰੱਖੇ ਨੇਗੇ ਪਲੇ ਗਰਾਊਂਡ ਰੱਖੇ ਨੇਗੇ ਘਰ ਰੱਖਿਆ ਗ੍ਰੀਨ ਏਰੀਆ ਰੱਖਿਆਗਾ ਥੋੜਾ ਸਾ ਬਰੀਫ ਕਰ ਦਿੱਤਾ ਸਰ ਜੈਸੇ 60% ਜੋ ਹਮਾਰਾ ਗ੍ਰੀਨ ਏਰੀਆ ਹੈ ਨਾ ਉਸਮੇ ਹਮ ਆਪਕੋ ਦੇ ਰਹੇ ਆ ਜੌਗਿੰਗ ਟ੍ਰੈਕਸ ਜੀ ਫੁੱਟਬਾਲ ਪ੍ਰੈਕਟਿਸ ਪਿਚ ਦੇ ਰਹੇ ਹਾਂ ਕ੍ਰਿਕਟ ਕੀ ਪ੍ਰੈਕਟਿਸ ਪਿਚ ਦੇ ਰਹੇ ਹਾਂ ਸਰ ਸਵੀਵਿੰਗ ਪੂਲਸ ਹੈ बिल्कुल है सर। आपको बिल्कुल सर आली आली। और एल्डर्स के लिए भी अलग से एरिया दे रहे है, हैं तो ग्रीनरी पूरा की गई है सर इस प्रोजेक्ट में ना विक्रम जी मेरा तो यही मानना है की जैसे हमारा जो ये प्रोजेक्ट है मैं आपके थ्रू आपके व्यूअर्स को यही बताना चाहूंगा की मोहाली का सबसे बेस्ट प्रोजेक्ट है ये जिसमें आप ग्रीनरी स्पोर्ट्स एक्टिविटीज हर चीज आप उसमें ਮਤਲਬ ਹਮਨੇ ਕਵਰ ਕੀ ਹੋਈ ਹੈ ਜੀ 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 ਤਾਂ ਇੱਕ ਵਾਰ ਅਗਰ ਪ੍ਰੋਜੈਕਟ ਆਪਕੇ ਵਿਊਜ਼ ਕੇ ਥਰੂ ਮੈਂ ਇਹ ਹੀ ਬੋਲਣਾ ਚਾਹੂੰਗਾ ਕਿ ਆਪਕੇ ਆਪਕੇ ਵਿਜ਼ਿਟ ਕਰਤੇ ਹਨ ਤਾਂ ਮਤਲਬ ਉਹ ਪ੍ਰੋਜੈਕਟ ਕੋ ਪਰਚੇਸ ਕੀਏ ਬਣਾ ਫਲੈਟਸ ਕੋ ਮਤਲਬ ਜਾਏਗੇ ਨਹੀਂ ਜਾਏਗੇ ਹਾਂ ਜੀ ਕਹਿਣ ਦਾ ਮਤਲਬ ਬਾਈ ਕਹਿਣ ਦਾ ਮਤਲਬ ਬਾਈ ਦਾ ਇਹ ਹੈ ਵੀ ਮੈਂ ਥੋੜਾ ਦੇਸੀ ਬੋਲਦਾ ਨਾ ਕਹਿਣ ਦਾ ਮਤਲਬ ਇਹ ਹੈ ਵੀ ਇੱਕ ਵਾਰ ਆਉਂਗੇ ਖਾਲੀ ਨਹੀਂ ਮੋੜੋਗੇ ਜੇ ਜੇਪ ਚ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ ਨਾ ਪੈਸੇ ਲਾਉਣਾ ਚਾਹੁੰਦੇ ਹੋਗੇ ਤੁਹਾਨੂੰ ਇਹ ਜਮਾ ਤਸੱਲੀ ਕਰਾ ਕੇ ਭੇਜਣਗੇ ਤੇ ਖਾਲੀ ਨਹੀਂ ਮੋੜੋਗੇ ਬਾਈ ਬਾਕੀ ਅਸ਼ੋ ਸਾਸ਼ੀ ਗੱਲ ਜੀ ਬਾਈ ਕੀ ਬਣ ਲੋ ਸਰ ਚਲੋ ਜੀ ਸਾਸ਼ੀ ਗੱਲ ਜੀ ਸਾਰਿਆਂ ਨੂੰ ਤਾਂ ਸਭ ਤੋਂ ਪਹਿਲਾਂ ਵਿਕਰਮ ਭਾਜੀ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੂੰਗਾ ਵੀ ਅੱਜ ਦੀ ਰੇਟ 'ਚ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਲੋਕ ਡਰਦੇ ਨੇ ਹਾਂਜੀ ਤੇ ਉਹਦੀ ਸੇਫਟੀ ਔਰ ਸਿਉਰਟੀ ਕਿਵੇਂ ਮਿਲੇਗੀ ਤਾਂ ਕੰਪਨੀ ਦੇ ਉੱਤੇ ਕੋਈ ਵੀ ਅਗਰ ਆਪਾਂ ਦੇਖਦੇ ਆਂ ਕੋਈ ਵੀ ਫਲੈਟ ਹੋਵੇ ਤਾਂ ਇੱਥੇ ਪੀਬੀ ਰੇਰਾ ਨੰਬਰ ਹੈ ਰੇਰਾ ਨੰਬਰ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਅਸੀਂ ਵੀਡੀਓ ਵੀ ਉਸੇ ਪ੍ਰੋਜੈਕਟ ਦੀ ਕਰਦੇ ਆਂ ਜਿਹੜਾ ਰੇਰਾ ਅਪਰੂਵਡ ਹੋਵੇ ਕਿਉਂਕਿ ਇਹਦੇ ਵਿੱਚ ਕੋਈ ਬਿਲਡਰ ਕਦੇ ਵੀ ਭੱਜ ਨਹੀਂ ਸਕਦਾ ਦੂਸਰੀ ਚੀਜ਼ ਰੇਰਾ ਦਾ ਇੱਕ ਰੂਲ ਹੈ ਵੀ ਅਗਰ ਕੋਈ ਵੀ ਤੁਸੀਂ ਪ੍ਰੋਜੈਕਟ ਲਾਂਚ ਕਰਨਾ ਹੈ ਤਾਂ ਉਹਦੇ ਵਾਸਤੇ ਜਿੰਨਾ ਵੀ ਤੁਸੀਂ ਲੈਂਡ ਹੈ ਜਿਵੇਂ ਹੁਣ ਇਸ ਪ੍ਰੋਜੈਕਟ ਦੀ 25 ਏਕੜ ਦੀ ਲੈਂਡ ਹੈ ਤਾਂ 25 ਏਕੜ ਦਾ ਪੈਸਾ ਪਹਿਲਾਂ ਬਿਲਡਰ ਨੂੰ ਦੇਣਾ ਪਿਆ ਤਾਂ ਬਿਲਡਰ ਅਗਰ 25 ਏਕੜ ਦੀ ਪ੍ਰਾਪਰਟੀ ਖਰੀਦ ਸਕਦਾ ਤਾਂ ਉਸ ਤੋਂ ਬਾਅਦ ਕੰਸਟਰਕਸ਼ਨ ਕਰੇਗਾ ਤਾਂ ਉਹ ਬਿਲਡਰ ਕਦੇ ਪੱਜਦਾ ਨਹੀਂ ਹੈਗਾ ਇਸ ਕਰਕੇ ਰੇਰਆਪਰੂਵਡ ਨੰਬਰ ਆਪਾਂ ਨੂੰ ਦੇਖਣਾ ਜ਼ਰੂਰੀ ਹੈ ਉਹ ਰੇਰਆਪਰੂਵਡ ਨੰਬਰ ਆਪਾਂ ਨੂੰ ਇੱਥੇ ਮਿਲ ਗਿਆ ਦੂਸਰੀ ਚੀਜ਼ ਜਿਹੜੀ ਆਪਾਂ ਤੁਸੀ ਦੱਸੀ ਸੀਗੀ ਵੀ ਅਗਰ ਆਪਾਂ ਅੱਜ ਇਹਨੂੰ ਬੁਕਿੰਗ ਕਰ ਲੈਂਦੇ ਆਂ ਵੀ ਮੰਨ ਲਓ 25 ਲੱਖ ਜਾਂ 20 ਲੱਖ ਰੁਪਈਆ ਦੇ ਕੇ ਆਪਾਂ ਬੁਕਿੰਗ ਕਰ ਲੈਂਦੇ ਆਂ ਸਾਲ ਬਾਅਦ ਪੈਸਾ ਵਧੇਗਾ ਤਾਂ ਵਧੇਗਾ ਕਿਵੇਂ ਕਸਟਮਰ ਦੇ ਮੰਨ ਚ ਇਹ ਹੁੰਦਾ ਡਾਊਟ ਵੀ ਆਪਾਂ ਇਹ ਪੈਸਾ ਵਧੇਗਾ ਕਿਵੇਂ ਤਾਂ ਵਧਣ ਦਾ ਇਹਦਾ ਇੱਕ ਚਾਂਸ ਹੈਗਾ ਜਿਵੇਂ ਅੱਜ 에어ਪੋਰਟ ਰੋਡ ਦੇ ਉੱਤੇ 200 ਫੁੱਟ ਦਾ ਰੋਡ ਜਿਹੜਾ ਮੁਹਾਲੀ ਦਾ ਸਭ ਤੋਂ ਵੱਡਾ ਰੋਡ ਹੈ ਚੌੜਾ ਰੋਡ ਹੈ ਜਿਵੇਂ ਥੋਲੇਰਾ ਦੇ ਅੰਦਰ ਗੁਜਰਾਤ ਦੇ ਅੰਦਰ 800 ਫੁੱਟ ਦੇ ਰੋਡ ਦੀ ਇੱਕ ਵਾਈਬ ਚੱਲ ਰਹੀ ਹੈ ਕਿ 800 ਫੁੱਟ ਦਾ ਇੱਕ ਚੌੜਾ ਰੋਡ ਆ ਰਿਹਾ ਹੈ ਤਾਂ ਉਹ ਏਰੀਆ ਦੇ ਵਿੱਚ ਜੋ ਪਲੋਟ ਦਾ ਰੇਟ ਹੈ ਬਹੁਤ ਜ਼ਿਆਦਾ ਵਧ ਰਿਹਾ ਹੈ ਮਤਲਬ 2000 ਤੋਂ ਲੈ ਕੇ ਅੱਜ 6 ਜਾਂ 7000 ਰੁਪਏ ਗਜ ਹੋ ਗਿਆ ਐਦਾਂ ਹੀ 200 ਫੁੱਟ ਰੋਡ ਜਿਹੜਾ ਆਪਣਾ ਮੁਹਾਲੀ ਦਾ ਹੈ ਉੱਥੇ ਅੱਜ ਦਾ ਰੇਟ ਮਤਲਬ ਸਟਾਰਟਿੰਗ 12000 ਰੁਪਏ ਗਜ ਸੀਗਾ ਤੇ ਅੱਜ ਸਵਾ ਲੱਖ ਰੁਪਏ ਗਜ ਹੋ ਚੁੱਕਿਆ ਹੈ 200 ਫੁੱਟ ਰੋਡ ਹੋਣ ਕਰਕੇ ਉਹੀ 200 ਫੁੱਟ ਰੋਡ ਇਸੇ ਬਿਲਕੁਲ ਪ੍ਰੋਜੈਕਟ ਦੇ ਬਿਲਕੁਲ ਸਾਹਮਣੇ ਹੈਗਾ ਤਾਂ ਅਗਰ ਇਹ 200 ਫੁੱਟ ਦਾ ਰੋਡ ਇੱਥੇ ਬਣ ਜਾਂਦਾ ਹੈ ਤਾਂ ਤੁਹਾਡੇ ਪ੍ਰਾਪਰਟੀ ਦਾ ਜੋ ਤੁਸੀਂ ਇਨਵੈਸਟਮੈਂਟ ਕੀਤੀ ਹੋਈ ਹੈ ਤਾਂ ਅਸੀਂ ਜ਼ਿਆਦਾ ਨਹੀਂ ਕਹਿੰਦੇ ਅਗਰ ਅਸੀਂ ਉਹਨੂੰ ਵਾਣਿਆ ਟੂ ਟਾਈਮਸ ਵੀ ਮਲਟੀਪਲ ਕਰ ਲਈਏ ਤਾਂ ਵੀ ਬਹੁਤ ਪੰਜਾਬ ਦੇ ਵਿੱਚ ਕੋਈ ਵੀ ਬਿਲਡਰ ਕਿਉਂਕਿ ਅਸੀਂ بڑے بڑے ਬਿਲਡਰਾਂ ਦੇ ਨਾਲ ਮਿਲੇ ਆਂ ਹਰ ਇੱਕ ਬਿਲਡਰ ਦਾ ਕੀ ਹੁੰਦਾ ਹੈ ਵੀ ਉਹ 40% ਵੇਸਟੇਜ ਰੱਖਦਾ ਹੈ ਜਿਹਦੇ ਵਿੱਚ ਤੁਹਾਡੀ ਵੀ ਪਾਰਕਾਂ ਹੋ ਗਈਆਂ ਤੁਹਾਡੀ ਸੜਕਾਂ ਹੋ ਗਈਆਂ ਐਸਟੀਪੀ ਹੋ ਗਏ ਜਿਹੜਾ ਸੀਵਰੇਜ ਟ੍ਰੀਟਮੈਂਟ ਪਲੈਂਟ ਹੁੰਦਾਗਾ ਤਾਂ ਇਹ ਰੇਰਾ ਦੇ ਵਾਸਤੇ ਜ਼ਰੂਰੀ ਹੈ ਇੱਥੇ ਬਿਲਡਰ ਤੁਹਾਨੂੰ 40% ਕਵਰਡ ਏਰੀਆ ਦੇ ਰਿਹਾ ਤੇ 60% ਓਪਨ ਦੇ ਰਿਹਾ ਹੈ ਤਾਂ ਵਿਕਰਮਪਾਜੀ ਮੈਨੂੰ ਲੱਗਦਾ ਨਹੀਂ ਹੈ ਹਾਂ ਦੂਸਰੀ ਚੀਜ਼ ਜਿਹੜੀ ਤੁਸੀਂ ਇੱਕ ਬਹੁਤ ਪਿਆਰੀ ਗੱਲ ਕਹੀ ਹੈ ਵੀ 5 ਕਰੋੜ ਰੁਪਏ ਦੇ ਵਿੱਚ ਅੱਜ ਆਪਾਂ ਨੂੰ 500 ਗਜ ਦਾ ਇੱਕ ਪਲਾਟ ਮਿਲਦਾ ਮੋਹਾਲੀ ਦੇ ਵਿੱਚ ਜਿਹੜਾ ਬਿਲਕੁਲ ਸੱਚ ਹੈ ਕੋਈ ਵੀ ਬੰਦਾ ਆਪਣੇ ਲੈਵਲ ਤੇ ਅਗਰ ਇਨਵੈਸਟਮੈਂਟ ਕਰਨਾ ਚਾਹੁੰਦਾ ਤਾਂ ਦੇਖ ਸਕਦਾ ਹੈ 5 ਕਰੋੜ ਰੁਪਏ ਲਗਾ ਕੇ ਤੁਸੀਂ ਇੱਕ ਕਨਾਲ ਕ੍ਰਿਕਟ ਖੇਲਣਾ ਤਾਂ ਕਾਫੀ ਦੂਰ ਜਾਣਾ ਪਏਗਾスイਮਿੰਗ ਕਰਨੀ ਹੈ ਤਾਂ ਤੁਹਾਨੂੰスイਮਿੰਗ ਕਲੱਬ ਦੇ ਵਿੱਚ ਜਾਣਾ ਪਏਗਾ ਤੁਸੀਂ ਜਿਮ ਕਰਨੀ ਹੈ ਤੁਹਾਨੂੰ ਜਿਮਾਂ ਦੇ ਵਿੱਚ ਜਾਣਾ ਪਏਗਾ ਤੇ ਅਗਰ ਤੁਸੀ ਹੋਕੀ ਖੇਲਣੀ ਹੈ ਉਹਦੇ ਵਾਸਤੇ ਲੱਗ ਜਾਣਾ ਪਏਗਾ ਗੋਲਫ ਖੇਲਣੀ ਤਾਂ ਗੋਲਫ ਕਲੱਬ ਜਿਹੜਾ ਚੰਡੀਗੜ੍ਹ ਹੈ ਤੁਹਾਨੂੰ ਉੱਥੇ ਜਾਣਾ ਪਏਗਾ ਜਾਂ ਫਿਰ ਮੁਹਾਲੀ ਸਪੋਰਟਸ ਅਕੈਡਮੀ ਦੇ ਵਿੱਚ ਜਾਣਾ ਪਏਗਾ ਇੱਥੇ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਇਸੇ ਪ੍ਰੋਜੈਕਟ ਦੇ ਅੰਦਰ ਮਿਲ ਰਹੀਆਂ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਹਾਨੂੰ ਗੇਟ ਖੋਲ ਕੇ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਹਰ ਇੱਕ ਚੀਜ਼ ਹਰ ਇੱਕ ਫੈਸਿਲਿਟੀ ਤੁਹਾਨੂੰ ਅੰਦਰ ਮਿਲ ਰਹੀ ਹੈ ਹੋਰ ਤਾਂ ਤੇ ਤੁਹਾਡੇ ਘਰ ਦੇ ਵਿੱਚ ਐਲਡਰ ਨੇ ਬਜ਼ੁਰਗ ਨੇ ਉਹਨਾਂ ਦੇ ਵਾਸਤੇ ਅਲੱਗ ਤੋਂ ਪਾਰਕ ਬਣਾਤਾ ਤੇ ਬੱਚਿਆਂ ਦੇ ਲਈ ਖੇਡਣ ਦੇ ਵਾਸਤੇ ਜਿਸ ਤਰ੍ਹਾਂ ਦਾ ਉਹਨਾਂ ਨੇ ਖੇਲ ਖੇਡਣਾ ਹੈ ਕ੍ਰਿਕਟ ਖੇਡਣਾ ਹੈ ਹੋਕੀ ਖੇਡਣੀ ਉਹਨਾਂ ਦੇ ਵਾਸਤੇ ਅਲੱਗ-ਅਲੱਗ ਪਾਰਕ ਨੇ ਤਾਂ ਉਹਦੇ ਨਾਲ ਵੀ ਬਹੁਤ ਇੱਕ ਪਲੱਸ ਪੁਆਇੰਟ ਜਿਹੜਾ ਇਸ ਪ੍ਰੋਜੈਕਟ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਵਿਕਰਮ ਜੀ ਤੇ ਬਾਕੀ ਬਾਈ ਇਹ ਵੀਡੀਓ ਦਾ ਅੰਤੂਰੀ ਕਰਦੇ ਆ ਮੈਨੂੰ ਲੱਗਦਾ ਵੀ ਹੁਣ ਤੱਕ ਤੁਹਾਨੂੰ ਸਮਝ ਆ ਗਿਆ ਹੋਊਗਾ ਵੀ ਅਸੀਂ ਕੀ ਸਮਝਾਉਣਾ ਚਾਹ ਰਹੇ ਆ ਕਿਹੜਾ ਪ੍ਰੋਜੈਕਟ ਦਿਖਾਇਆ ਜਾਏਗਾ ਬਾਕੀ ਇੱਕ ਵਾਰ ਵਿਜ਼ਿਟ ਕਰੋ ਠੀਕ ਹੈ ਵਿਜ਼ਿਟ ਕਰਨ ਤੋਂ ਬਾਅਦ ਲੈਣਾ ਨਹੀਂ ਲੈਣਾ ਉਹ ਤੁਹਾਡੀ ਮਰਜ਼ੀ ਹੈ ਭਰਾ ਹਨਾ ਇੱਕ ਵਾਰ ਆ ਕੇ ਵਿਜ਼ਿਟ ਕਰੋ ਪ੍ਰਾਪਰਟੀ ਦੇਖੋ ਤੇ ਤੁਹਾਨੂੰ ਪਸੰਦ ਆਉਣਾ ਮੈਨੂੰ ਲੱਗਦਾ ਆਈ ਜਾਣੀ ਸਾਨੂੰ ਪਸੰਦ ਆਈ ਪਈ ਹੈਗੀ ਤੇ ਵਿਜ਼ਿਟ ਕਰੋ ਤੇ ਜਲਦੀ ਜਲਦੀ ਹਨਾ ਬਾਈ ਕਰਨ ਦੀ ਕੋਸ਼ਿਸ਼ ਕਰੋ ਬਾਈ ਇਨਵੈਸਟ ਕਰੋ ਪੈਸੇ ਆਹ ਲਓ ਵੀ ਅੱਜ ਦੇ ਟਾਈਮ 'ਚ ਜੇ ਇਨਵੈਸਟਮੈਂਟ ਕਰਦੇ ਹੋ ਨਾ ਸਭ ਤੋਂ ਜ਼ਰੂਰੀ ਅੱਜ ਦੇ ਟਾਈਮ 'ਚ ਜੇ ਤੁਹਾਡੇ ਕੋਲ ਪੈਸਾ ਨਾ ਤਾਂ ਜਲਦੀ ਤੋਂ ਜਲਦੀ ਇਨਵੈਸਟ ਕਰ ਲਓ ਕਿਉਂਕਿ ਅੱਗੇ ਇਹ ਕਰੋਨਾ 'ਚ ਜਾਣ ਵਾਲੀਆਂ ਨੇ ਚੀਜ਼ਾਂ ਮਹਾਲੀ ਦੇ ਵਿੱਚ ਖਰੜ ਦੇ ਵਿੱਚ ਹੁਣ ਤਾਂ ਬਨੂੜ ਦੇ ਵਿੱਚ ਵੀ ਤੁਸੀਂ ਇਨਵੈਸਟ ਕਰੋਗੇ ਤਾਂ ਤੁਹਾਨੂੰ ਫਾਇਦਾ ਹੀ ਹੈ ਬਾਈ ਤੇ ਕਿਵੇਂ ਲੱਗੀ ਵੀਡੀਓ ਜਰੂਰ ਕਮੈਂਟ ਕਰਕੇ ਦੱਸਿਓ ਅਗਲੀ ਵੀਡੀਓ 'ਚ ਮਿਲਦੇ ਆ ਵੀਰੇ ਦਿਲੋਂ ਧੰਨਵਾਦ ਤੁਹਾਡਾ ਸਾਰਿਆਂ ਦਾ